ਲੈ ਵੀ ਆ ਗਿਆ ਹੀ ਛਾਵੜਾ ਤੇ ਛਾ ਗਿਆ ਹੀ ਛਾਵੜਾ ਇੱਕ ਹੋਰ ਲਿਸਟਿੰਗ ਤੁਹਾਡੇ ਲਈ ਲੈ ਕੇ ਆਏ ਆ ਥੋਰਲ ਸ਼ਹਿਰ ਦੇ ਵਿੱਚ ਤੁਸੀਂ ਇਸ ਟਾਈਮ ਮੇਰੇ ਪਿੱਛੇ ਉਸ ਘਰ ਨੂੰ ਦੇਖ ਰਹੇ ਹੋ ਕੰਟੈਂਪਰੇਰੀ ਲੁੱਕ ਆ ਬਹੁਤ ਹੀ ਅਪਗ੍ਰੇਡ ਪਾਏ ਆ ਸਟੋਨ ਐਂਡ ਸਟੱਕੋ ਦਾ ਐਕਸਟੀਰੀਅਰ ਆ ਬਲੈਕ ਵਿੰਡੋਜ਼ ਆ ਤੇ ਅੰਦਰ ਵੀ ਮੈਂ ਕਹਿੰਦਾ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਹਰ ਇੱਕ ਉਹ ਅਪਗ੍ਰੇਡ ਜਿਹੜਾ ਕੀ ਫੈਮਿਲੀ ਦੇ ਵਿੱਚ ਚਾਹੀਦਾ ਹੁੰਦਾ ਉਹ ਦੇ ਵਿੱਚ ਪਾਇਆ ਹੋਇਆ ਕਮਸ ਵਿਦ ਆਲ ਦਾ ਬੈਲਸ ਐਂਡ ਵਿਸਲਸ ਯੂ ਵਿਲ ਲਵ ਦਿਸ ਟੂਰ ਆ ਜਾਓ ਨਾਲ ਜੁੜ ਜਾਓ ਤੁਹਾਨੂੰ ਜਿਹੜਾ ਟੂਰ ਦਿੰਨੇ ਆ ਪਹਿਲਾਂ ਤਾਂ ਤੁਸੀਂ ਇਹਦਾ ਜਿਹੜਾ ਫਰੰਟ ਹੈ ਲਾਟ ਦਾ 40 ਫੁੱਟ ਦਾ ਫਰੰਟ ਆ ਔਰ ਪੂਲ ਸਾਈਜ਼ ਦਾ ਬੈਕ ਯਾਰਡ ਆ ਬਹੁਤ ਵਧੀਆ ਫੀਚਰਸ ਇਸ ਘਰ ਚ ਦਿੱਤੇ ਹੋਏ ਆ ਆ ਜਾਓ ਲੈ ਵੀ ਖੁੱਲ ਜਾ ਸੈਮਸੰਗ ਸੈਮਸੰਗ ਗਈ ਖੁੱਲ ਅੰਦਰ ਵਰਦਿਆਂ ਸਾਰ ਜਿਹੜੀ ਸਭ ਤੋਂ ਬੈਸਟ ਇਸ ਘਰ ਦੀ ਜਿਹੜੀ ਐਂਟਰੀ ਦੇ ਉੱਤੇ ਜਿਹੜੀ ਚੀਜ਼ ਹੈ ਨਾ ਉਹ ਹੈ ਨਿੱਕੀ ਦੀ ਨੱਕ ਜਿਹੜੀ ਬਣੀ ਹੋਈ ਆ ਇਹ ਜਿਹੜੀ ਨੱਕ ਹੈ ਇਹਦੇ ਬਿਲਕੁਲ ਸਾਹਮਣੇ ਜਿਹੜਾ ਆਹ ਕਲੋਜ਼ਟ ਆ ਗਈ ਇਧਰਲੇ ਪਾਸੇ ਸਾਰਾ ਕਲਟਰ ਰਹਿ ਜਾਣਾ ਇੱਥੇ ਆਪਾਂ ਆਪਦੇ ਬੂਟ ਲਾ ਲੈਣੇ ਆ ਕੱਪੜੇ ਟੰਗ ਲੈਣੇ ਆ ਛੋਟਾ ਇੱਥੇ ਸਟੂਲ ਲੱਗ ਜੂਗਾ ਇਹ ਬਹੁਤ ਪ੍ਰੈਕਟੀਕਲ ਫੀਚਰ ਹੈ ਜਿਹੜੇ ਲੋਕਾਂ ਨੂੰ ਕਈ ਵਾਰੀ ਨਹੀਂ ਚੇਤੇ ਰਹਿੰਦਾ ਘਰ ਬਣਾਉਣ ਲੱਗਿਆ ਭੁੱਲ ਜਾਂਦੇ ਆ ਬਿਕੋਜ਼ ਯੂ ਵਾਂਟ ਕਿ ਸਾਰਾ ਕਵਾਟਰ ਇੱਕ ਸਾਈਡ ਦੇ ਉੱਤੇ ਰਹਿ ਜਾਵੇ ਅੰਦਰ ਵੜੋਗੇ ਅੰਦਰ ਵੜ ਕੇ ਤੁਸੀਂ ਆ ਦੇਖ ਸਕਦੇ ਹੋ ਗਰਾਜ ਤੋਂ ਦੀ ਐਂਟਰੀ ਆ ਗਈ ਇਧਰੋਂ ਡਬਲ ਕਾਰ ਗਰਾਜ ਆ 2 ਪੀਸ ਦਾ ਇਧਰ ਬਾਥਰੂਮ ਦਿੱਤਾ ਹੋਇਆ ਵਧੀਆ ਕੁਆਰਟਸ ਦੇ ਕਾਊਂਟਰ ਟੌਪ ਇੱਥੇ ਵੀ ਲੱਗੇ ਹੋਏ ਆ ਫੇਵਰਿਟ ਫੀਚਰ ਅਨਦਰ ਵਨ ਡੋਰ ਸਟੈਪ ਦੇ ਉੱਤੇ ਹੀ ਖੁੱਲ ਜਾ ਸਿਮ ਸਿਮ ਆ ਦੇਖੋ ਕੀ ਹੈ ਬੜਾ ਦੇਸੀ ਕਲਾਇੰਟ ਇਨ ਸਾਈਡ ਡੋਰ ਟੂ ਦਾ ਬੇਸਮੈਂਟ ਕਿਵੇਂ ਭੁੱਲ ਸਕਦੇ ਆ ਆਈ ਲਾਈਕ ਇਟ ਆ ਗਿਆ ਤੁਹਾਡਾ ਬਾਬੇ ਓਕ ਸਟੇਅਰ ਕੇਸ ਨਾਲ ਰੋਟ ਆਰਨ ਦੇ ਸਪਿੰਡਲ ਲੱਗੇ ਹੋਏ ਆ ਹੁਣ ਤੁਸੀਂ ਇਸ ਕਮਰੇ ਦੀ ਇਸ ਓਪਨ ਕਨਸੈਪਟ ਦੀ ਤੁਸੀਂ ਚੈੱਕ ਕਰੋ ਵੀ ਵਾਈਬ ਕਿੱਡੀ ਵਧੀਆ ਆ ਪੂਰੇ ਘਰ ਦੇ ਵਿੱਚ ਕੋਈ ਕਾਰਪੇਟ ਨਹੀਂ ਥਰੂ ਆਊਟ ਉੱਪਰ ਵੀ ਪੂਰੀ ਇੰਜੀਨੀਅਰ ਹਾਰਡਵੁੱਡ ਜੜੀ ਹੋਈ ਆ ਕੁਆਰਟਸ ਦੇ ਕਾਊਂਟਰ ਟੌਪ ਆ ਤੇ ਹਾਈ ਐਂਡ ਕਿਚਨ ਲੱਗੀ ਹੋਈ ਆ ਆਇਆ ਵੀ ਕਿਚਨ ਆ ਤੁਸੀਂ ਇਹ ਗਰੂਵ ਦੇਖੋ ਆ ਕੇ ਇਹਦੇ ਵਿੱਚ ਕੋਈ ਗੰਦ ਨਹੀਂ ਫਸਦਾ ਬਿਲਕੁਲ ਪਲੇਨ ਆ ਸ਼ੇਕਰ ਸਟਾਈਲ ਉੱਤੇ ਕਰਾਊਨ ਮੋਲਡਿੰਗ ਦਿਖਾ ਤਾ ਆ ਕਰਕੇ ਨਾ ਬਹੁਤ ਸੋਹਣੀ ਕਰਾਊਨ ਮੋਲਡਿੰਗ ਲੱਗੀ ਹੈ ਸਿੰਪਲ ਸਫਿਸਟੀਕੇਟਡ ਇੱਥੇ ਤੁਹਾਡੇ ਅਪਲਾਈਸਿਸ ਲੱਗ ਜਾਣੇ ਆ ਇੱਥੇ ਤੁਹਾਡਾ ਫਰਿੱਜ ਆ ਜਾਣਾ ਨਾਲ ਉਹਨਾਂ ਨੇ ਬਕਾਇਦਾ ਇੱਥੇ ਤੁਹਾਨੂੰ ਪੈਂਟਰੀ ਵੀ ਦਿੱਤੀ ਹੋਈ ਆ ਐਕਸਟਰਾ ਸਟੋਰੇਜ ਵਾਸਤੇ ਜਿੰਨੇ ਮਸਾਲੇ ਮਸੂਲੇ ਆ ਬਣਾ ਕੇ ਘੈਂਟ ਜਿਹੇ ਡੱਬੇ ਗੋਲ ਗੋਲ ਜਿੰਨੇ ਦਹੀਂ ਵਾਲੇ ਡੱਬੇ ਆ ਭਰ ਕੇ ਸਮਾਨ ਦੇ ਆਪਾਂ ਇਹਦੇ ਜਚਾ ਦੇਣੇ ਸਾਰੇ ਹੰਸ ਦਹੀਂ ਦਿਖੇ ਦੂਰੋਂ ਆਉਂਦੇ ਆ ਸਾਰੇ ਤੇ ਬੜੇ ਵਧੀਆ ਸ਼ੈਂਡਲਰ ਲੱਗੇ ਆ ਤੁਸੀਂ ਆ ਦੇਖ ਸਕਦੇ ਹੋ ਡਾਇਨਿੰਗ ਰੂਮ ਦੇ ਉੱਤੇ ਕਿੰਨਾ ਪਿਆਰਾ ਇਹਨਾਂ ਨੇ ਬਹੁਤ ਹੀ ਜ਼ਿਆਦਾ ਸਫਿਸਟੀਕੇਟਡ ਟਾਈਪ ਦਾ ਇਹਨਾਂ ਸ਼ੈਂਡਲਰ ਲਾਇਆ ਆਈ ਜਸਟ ਲਵ ਦਿਸ ਤੁਸੀਂ ਦੂਰੋਂ ਦੇਖੋ ਇਸ ਸ਼ੈਂਡਲਰ ਨੂੰ ਕਿੰਨੀ ਪਿਆਰੀ ਚੀਜ਼ ਲੱਗ ਰਹੀ ਹੈ ਸਾਹਮਣੇ ਵਿੰਡੋ ਵੀ ਦਿੱਤੀ ਹੋਈ ਆ ਅਨਦਰ ਅਪਗ੍ਰੇਡ ਤਿੰਨ ਪੈਨਲ ਆ ਜਿਹੜਾ ਇਹਨਾਂ ਨੇ ਪੈਟ ਦੇ ਡੋਰ ਦਿੱਤਾ ਮੋਸਟਲੀ ਤੁਹਾਨੂੰ ਦੋ ਹੀ ਮਿਲਦੇ ਆ ਇੱਕ ਤੁਹਾਨੂੰ ਮੈਂ ਹੋਰ ਫਿਊਚਰ ਦਾ ਦਿਖਾਉਣਾ ਤੁਸੀਂ ਦੇਖੋ ਕਵਰ ਡੈਕ ਬਣਿਆ ਪਿੱਛੇ ਕਿੱਡਾ ਸੋਹਣਾ ਆ ਆਲਮੋਸਟ ਇਹ 10x12 10x10 ਦਾ ਡੈਕ ਬਣਿਆ ਹੋਇਆ ਨਾਲ ਇੱਥੇ ਵੀ ਬਿਲਡਰ ਨੇ ਜਿਹੜੇ ਆ ਤੁਹਾਨੂੰ ਵਧੀਆ ਸਪਿੰਡਲ ਲਾ ਕੇ ਦਿੱਤੇ ਆ ਲੱਕੜਾਂ ਲੈਣੀ ਲਾਏ ਤੇ ਇਹਦਾ ਜਿਹੜਾ ਲਾਟ ਸਾਈਜ਼ ਹੈ ਨਾ ਤੁਸੀਂ ਆ ਦੇਖ ਰਹੇ ਹੋ ਪਿੱਛੇ ਜਿਹੜਾ ਏਸੀ ਦੇ ਕੋਲ ਦੀ ਇੱਧਰ ਦੀ ਜਾਂਦਾ ਆਲ ਦਾ ਵੇ ਉੱਥੋਂ ਤੱਕ ਮੀਨਸ ਤੁਹਾਡੇ ਕੋਲ ਬੈਕ ਯਾਰਡ ਦੇ ਨਾਲ ਨਾਲ ਸਾਈਡ ਯਾਰਡ ਦੇ ਉੱਤੇ ਵੀ ਥਾਂ ਬਹੁਤ ਆ ਬੜੇ ਆਰਾਮ ਨਾਲ ਇੱਥੇ ਪੂਲ ਪੂਲ ਬਣ ਸਕਦਾ ਤੁਸੀਂ ਉਹ ਜੰਪਰੂ ਜਿਹੜਾ ਜਵਾਕ ਦੇ ਜੰਪ ਜੁਪ ਮਾਰਨ ਵਾਲਾ ਉਹ ਵੀ ਰੱਖ ਸਕਦੇ ਹੋ ਤੁਹਾਡੇ ਕੋਲ ਡੈਕ ਵੀ ਆ ਗਿਆ ਉਹ ਵੀ ਕਵਰਡ ਇਹ ਵਧੀਆ ਫੀਚਰ ਹੈ ਤਕਰੀਬਨ ਮੋਸਟ ਜਿਹੜੇ ਬਿਲਡਰ ਆ ਇਹਦੇ ਉੱਤੇ ਮੰਨ ਕੇ ਚਲੋ ਇਹਦਾ ਘੱਟੋ ਘੱਟ ਮੇਰੇ ਹਿਸਾਬ ਨਾਲ $1500 ਚਾਰਜ ਕਰਦਾ ਬਿਲਡਰ ਮਿਨੀਮਮ ਪਰ ਇਹਦੇ ਵਿੱਚ ਤੁਹਾਡੇ ਹੋਰ ਵੀ ਅਪਗ੍ਰੇਡ ਤੁਹਾਡੇ ਜਿਵੇਂ ਉਹ ਸਪਿੰਡਲਸ ਵਗੈਰਾ ਲਾਏ ਆ ਮੋਸਟਲੀ ਜ਼ਿਆਦਾ ਵੱਡਾ ਹੀ ਹੋਣਾ ਤੇ ਆ ਜਾਓ ਹੁਣ ਉੱਤੇ ਉੱਤੋਂ ਆਪਾਂ ਤੁਹਾਨੂੰ ਟੂਰ ਦਿੰਨੇ ਆ ਇਹਦਾ ਇੱਥੇ ਜਿਵੇਂ ਹੀ ਉੱਪਰ ਤੁਸੀਂ ਆਉਂਦੇ ਹੋ ਇੱਥੇ ਵੀ ਵਿੰਡੋ ਦਾ ਤੁਸੀਂ ਸਾਈਜ਼ ਦੇਖੋ ਘਰ ਦੇ ਵਿੱਚ ਅੱਜ ਬਾਹਰ ਹੋਏ ਧੁੱਪ ਨਹੀਂ ਚੜੀ ਪਰ ਐਨ ਵਧੀਆ ਇੱਥੇ ਲਾਈਟ ਆਉਂਦੀ ਆ ਇੱਧਰ ਆਉਂਦੇ ਹੋ ਇੱਥੇ ਵੀ ਵਧੀਆ ਸ਼ੈਂਡਲੀਅਰ ਲੱਗਿਆ ਹੋਇਆ ਇੱਕ ਰੂਮ ਆਪਣਾ ਆ ਗਿਆ ਇਹ ਦੇਖੋ ਫਰੰਟ ਦੇ ਉੱਤੇ 3 ਵਿੰਡੋਜ਼ ਲੱਗੀਆਂ ਬੜਾ ਵਧੀਆ ਲੱਗਦਾ ਵੱਡੀ ਕਲੋਜ਼ਟ ਹੈਗੀ ਆ ਨਾਲ ਹੀ ਇਸ ਰੂਮ ਦੇ ਆ ਗਈ ਲਾਂਡਰੀ ਲਾਂਡਰੀ ਦੇ ਵਿੱਚ ਵੀ ਪੂਰੀ ਕੈਬਨਿਟ ਬਣਾਈ ਆ ਉਹਨਾਂ ਨੇ ਤੁਸੀਂ ਦੇਖੋ ਥੱਲੇ ਜਿਹੜਾ ਟੱਬ ਹੈ ਉਹ ਵੀ ਇਹਨਾਂ ਨੇ ਪ੍ਰੋਪਰ ਕੈਬਨਿਟ ਨਾਲ ਦਿੱਤਾ ਉੱਪਰ ਵੀ ਪੂਰੀ ਸਟੋਰੇਜ ਦਿੱਤੀ ਹੋਈ ਆ ਉਸ ਤੋਂ ਬਾਅਦ ਆ ਗਿਆ ਆਪਣਾ ਆਹ ਰੂਮ ਇੱਕ ਹੋਰ ਇਹਦੇ ਵਿੱਚ ਵੀ ਕਲੋਜ਼ਟ ਬੜੀ ਵਧੀਆ ਦਿੱਤੀ ਹੋਈ ਆ ਉਧਰੋਂ ਘੁੰਮ ਕੇ ਤੁਸੀਂ ਇੱਧਰ ਨੂੰ ਆ ਜਾਓ ਇੱਧਰ ਨੂੰ ਆਉਂਦੇ ਸਾਰ ਆਪਾਂ ਇੱਧਰ ਨੂੰ ਵੜ ਜਾਣਾ ਆ ਗਿਆ ਤੁਹਾਡਾ ਜਿਹੜਾ ਬਾਥਰੂਮ ਬੜਾ ਵਧੀਆ ਇਹ ਬਾਥਰੂਮ ਦਿੱਤਾ ਹੋਇਆ ਇਹ ਆ ਗਿਆ ਤੁਹਾਡਾ ਜੀ ਥਰਡ ਬੈਡਰੂਮ ਘਰ ਦੇ ਵਿੱਚ ਖੁੱਲਾ ਡੁੱਲਾ ਐਂ ਹੁਣ ਆਪਾਂ ਚੱਲਦੇ ਆ ਮਾਸਟਰ ਬੈਡਰੂਮ ਦੇ ਵਿੱਚ ਉਹਦਾ ਵੀ ਬਹੁਤ ਸੋਹਣੀ ਲੇਆਊਟ ਹੈ ਆ ਗਈ ਸਾਡੀ ਲਿਨਨ ਕਲੋਜ਼ਟ ਇਹ ਨਹੀਂ ਭੁੱਲਣਾ ਇੱਥੇ ਆਪਣਾ ਸਾਰਾ ਜਿਹੜਾ ਐਕਸਟਰਾ ਕੰਬਲ ਰਜਾਈਆਂ ਜੋ ਰੱਖਣਾ ਇੱਥੇ ਵਧੀਆ ਸਮਝ ਆਉਂਦਾ ਆ ਗਿਆ ਤੁਹਾਡਾ ਮਾਸਟਰ ਬੈਡਰੂਮ ਵਾਕਿੰਗ ਕਲੋਜ਼ਟ ਪੂਰੀ ਦਿੱਤੀ ਹੋਈ ਆ ਵਧੀਆ ਐਨ ਇੱਥੇ ਆਰਾਮ ਨਾਲ ਕਿੰਗ ਸਾਈਜ਼ ਫਿੱਟ ਹੁੰਦਾ ਤੁਹਾਡਾ ਲੱਗਿਆ ਇਸ ਟਾਈਮ ਕੁਈਨ ਹੈ ਕਿਉਂਕਿ ਇਹਨਾਂ ਨੇ ਸਟੇਜਿੰਗ ਵਗੈਰਾ ਕੀਤੀ ਆ ਔਰ ਉੱਪਰ ਵੀ ਜਿਹੜੀਆਂ ਲਾਈਟਸ ਲੱਗੀਆਂ ਨੇ ਬੜੀਆਂ ਵਧੀਆ ਸਲੀਕ ਸਲਿਮ ਲਾਈਟਸ ਲਾਈਆਂ ਹੋਈਆਂ ਤੇ ਇਧਰੋਂ ਤੁਸੀਂ ਆ ਜਾ ਕੇ ਦਿਖਾਓ ਬਾਥਰੂਮ ਦੇ ਵਿੱਚ ਵੀ ਤੁਹਾਨੂੰ ਇਹਨਾਂ ਨੇ ਐਕਸਟਰਾ ਸਟੋਰੇਜ ਦਿੱਤੀ ਆ ਡੂਅਲ ਵੈਨਿਟੀ ਹੈਗੀ ਆ ਕੁਆਰਟਸ ਦੇ ਕਾਊਂਟਰ ਟੌਪ ਆ
ਗਲਾਸ ਟਾਈਲ ਸ਼ਾਵਰ ਆ ਥੱਲੇ ਬੜੀ ਵਧੀਆ ਗ੍ਰੇ ਟਾਈਲਸ ਲੱਗੀਆਂ ਥਰੂ ਆਊਟ ਸ਼ਾਵਰ ਦੇ ਅੰਦਰ ਲਾਟ ਬਹੁਤ ਸੋਹਣਾ ਆ ਲੋਕੇਸ਼ਨ ਬੜੀ ਵਧੀਆ ਸੈਂਟਰਲੀ ਲੋਕੇਟਡ ਹੋ ਰੋਲਿੰਗ ਮੈਟਲ ਸਬ ਡਿਵੀਜ਼ਨ ਹੈ ਪ੍ਰੋਪਰਟੀ ਦਾ ਐਡਰੈਸ ਆ 9 ਅਲਵੀਰਾ ਵੇ ਇਹ ਸਬ ਡਿਵੀਜ਼ਨ ਜਿਹੜੀ ਆ ਬਿਲਕੁਲ ਦਿਲ ਦੇ ਵਿੱਚ ਬੈਠੀ ਹੈ ਨਾਇਗਰਾ ਦੀ ਇੱਥੋਂ ਪੂਰੇ 7-8 ਮਿੰਟ ਦੀ ਡਰਾਈਵ ਹੈ ਬਰੋਕ ਯੂਨੀਵਰਸਿਟੀ ਦੀ 10 ਮਿੰਟ ਦੇ ਵਿੱਚ ਵਿੱਚ ਤੁਸੀਂ ਸੇਂਟ ਕੈਥਰੀਨ ਪਹੁੰਚ ਜਾਂਦੇ ਹੋ ਪੈਨ ਸੈਂਟਰ ਦੇ ਵਿੱਚ ਇੱਥੋਂ ਪੂਰੇ 10 ਮਿੰਟ ਦੀ ਡਰਾਈਵ ਤੇ ਨਾਇਗਰਾ ਫਾਲ ਆ 10 ਮਿੰਟ ਦੀ ਡਰਾਈਵ ਤੇ ਇੱਥੋਂ ਪੂਰਾ ਤੁਹਾਡਾ ਨਾਇਗਰਾ ਦਾ ਕਾਲਜ ਕੈਂਪਸ ਜਿਹੜਾ ਆ ਵੈਲਨ ਦਾ ਉਹ ਆ ਜਾਂਦਾ 7-8 ਮਿੰਟ ਦੀ ਡਰਾਈਵ ਉੱਤੇ ਫੌਂਟ ਹਿੱਲ ਮੀਨਸ ਬਿਲਕੁਲ ਸੈਂਟਰ ਦੇ ਵਿੱਚੋਂ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੁਹਾਨੂੰ ਪਤਾ ਨੰਬਰ 299-931-1111 ਟੇਕ ਕੇਅਰ ਬਾਬਿਓ।